ਸਤਿ ਸ਼੍ਰੀ ਅਕਾਲ ਜੀ, ਖਬਰ ਵਾਲੇ ਟੀ ਵੀ 'ਤੇ ਤੁਹਾਡਾ ਸਵਾਗਤ ਹੈ। ਗੱਲ ਕਰਾਂਗੇ ਫਿਲਮ ਜਗਤ ਦੀ। ਇੱਕ ਨਵੀਂ ਜਿਹੜੀ ਫਿਲਮ ਆ, ਵੱਡੇ ਧਮਾਕੇਦਾਰ ਫਿਲਮ, ਬੱਬੂ ਮਾਨ ਲੰਬੇ ਸਮੇਂ ਬਾਅਦ ਚੁੱਪ ਤੋੜਨ ਜਾ ਰਿਹਾ। ਬੱਬੂ ਮਾਨ ਦੀ ਫਿਲਮ ਸੁੱਚਾ ਸੂਰਮਾ ਰਿਲੀਜ਼ 20 ਸਤੰਬਰ ਨੂੰ ਹੋ ਰਹੀ ਆ, ਜਿਹੜੀ ਕਿ ਇੱਕ ਅਣਖ ਅਤੇ ਇੱਜ਼ਤ ਖਾਤਰ ਜਿਉਣ ਵਾਲੇ ਸੁੱਚੇ ਸੂਰਮੇ ਦੀ ਜ਼ਿੰਦਗੀ 'ਤੇ ਆਧਾਰਿਤ ਹੈ। ਭਾਵੇਂ ਕਿ ਸੁੱਚੇ ਸੂਰਮੇ ਦੇ ਅਸੀਂ ਪਹਿਲਾਂ ਲੋਕ ਗਾਇਕਾਂ ਵੱਲੋਂ ਬੜੇ ਗੀਤ ਸੁਣੇ ਨੇ, ਜਿਵੇਂ ਮੁਹੰਮਦ ਸਦੀਕ, ਕੁਲਦੀਪ ਮਾਣਕ ਵਰਗਿਆਂ ਨੇ ਗੀਤ ਗਾਏ ਨੇ, ਅਤੇ ਸੁੱਚਿਆ ਉਹ ਭਾਬੀ ਤੇਰੀ ਘੋਕਰ ਨਾਲ ਮਾਲੀ ਆ, ਸੁੱਚੇ ਸੂਰਮੇ ਦੇ ਬੜੇ ਬਹਾਦਰੀ ਵਾਲੇ ਕਿੱਸੇ ਵੀ ਜਿੰਦੀ ਸੱਥਾਂ ਦੇ ਵਿੱਚ ਚੱਲਦੇ ਰਹਿੰਦੇ ਸੀ। ਪਰ ਉਸ ਨੂੰ ਪਰਦੇ 'ਤੇ ਲੈ ਕੇ, ਜਿਹੜੀ ਕਿ ਜਿਹੜਾ ਲੈ ਕੇ ਆ ਰਿਹਾ, ਡਾਇਰੈਕਟ ਕਰ ਰਿਹਾ ਫਿਲਮ ਡਾਇਰੈਕਟਰ ਜਿਹੜਾ ਮੁਮਤਾਜ਼ ਮਾਨ ਆ, ਸਾਗਾ ਕੰਪਨੀ ਪ੍ਰੋਡਿਊਸ ਕਰ ਰਹੀ ਆ, ਅਤੇ ਬੱਬੂ ਮਾਨ ਜਿਹੜਾ ਹੈਗਾ ਲੰਬੇ ਸਮੇਂ ਬਾਅਦ ਚੁੱਪ ਤੋੜਨ ਜਾ ਰਿਹਾ, ਜਿਹਦੇ ਅਸੀਂ ਟ੍ਰੇਲਰ ਵੀ ਤੁਹਾਨੂੰ ਦਿਖਾਉਂਦੇ ਹਾਂ। ਇਹ ਇੱਕ ਸੁੱਚਾ ਸੂਰਮੇ ਦੇ ਜਿਹੜਾ ਅਣਖ ਅਤੇ ਇੱਜ਼ਤ ਖਾਤਰ ਉਹਦੀ ਥੋੜ੍ਹਾ ਜਿਹਾ ਆਪਾਂ ਚਾਨਣਾ ਪਾ ਲਈਏ, ਜਿਹੜਾ ਜਿਉਂਆਂ ਸੀ ਜਿਵੇਂ ਕਿੱਸੇ ਸੁਣਦੇ ਹਾਂ। ਇਹ 1817 ਦੇ ਵਿੱਚ ਉਹਦਾ ਜਨਮ ਹੋਇਆ ਸੀ ਸਮਾਊ ਪਿੰਡ ਦੇ ਵਿੱਚ, ਅਤੇ ਉੱਥੇ ਜਿਹੜਾ ਹੈਗਾ ਦੱਸਿਆ ਜਾਂਦਾ ਵੀ ਉਹਦਾ ਭਰਾ ਜਿਹੜਾ ਹੈਗਾ ਵੱਡਾ ਨਰੈਣਾ ਸੀ, ਭਰਾ ਦੇ ਜਿਹੜੇ ਮਾਂ ਦਾ ਸਿਰ ਸਾਇਆ ਸਿਰ ਤੋਂ ਉੱਠ ਗਿਆ ਸੀ, ਅਤੇ ਉਹਨੂੰ ਜਿਹੜਾ ਉਹਦੇ ਵੱਡੇ ਭਰਾ ਨਰੈਣੇ ਨੂੰ ਪਹਿਲਾਂ ਹਰਿਆਣੇ ਦੇ ਵਿੱਚ ਵਿਆਹ ਗਿਆ ਸੀ ਇੱਕ ਪਿੰਡ 'ਚ, ਜਿੱਥੇ ਕਿ ਉਹਦਾ ਛੱਡ ਛੜਾ ਹੋ ਗਿਆ, ਅਤੇ ਫਿਰ ਉਸ ਨੇ ਜਿਹੜਾ ਹੈਗਾ ਉਹਨਾਂ ਦੇ ਨਾਨਕੇ ਪਿੰਡ ਸਰੀਕੇ ਦੇ ਵਿੱਚੋਂ ਮਾਮੇ ਦੀ ਨੂੰ ਵਿਧਵਾ ਸੀ ਬਲਬੀਰੋ, ਜਿਹਨੂੰ ਬੀਰੋ ਕਰਕੇ ਵੀ ਕਿਹਾ ਜਾਂਦਾ ਸੀ, ਅਤੇ ਉੱਧਰੋਂ ਜਿਹੜਾ ਹੈਗਾ ਉਹਦੇ ਨਾਲ ਵਿਆਹ ਕੀਤਾ ਜਾਂਦਾ। ਉਹਦੇ ਜਾਣੀ ਕਿ ਕਹਿੰਦੇ ਆ ਵੀ ਹੁਸਨ ਜਿਹੜਾ ਰੱਜ ਕੇ ਸੀਗਾ ਉਹਦਾ, ਅਤੇ ਪਰ ਉਹ ਜਿਹੜਾ ਕਰੈਕਟਰ ਦੀ ਬੜੀ ਮਾੜੀ ਹੋ ਨਿਕਲੀ, ਜਿਹੜਾ ਕਿ ਉਸ ਨੂੰ ਕਤਲ ਕਰਨਾ ਪਿਆ। ਪਰ ਉੱਧਰੋਂ ਉਦੋਂ ਕੁੱਕਰ ਜਾਰ ਸੀ, ਕਹਿੰਦੇ ਵੀ ਜਿਹੜਾ ਕੁੱਕਰ ਜਾਰ ਸੀ, ਜਿਹੜੇ ਕਿੱਸੇ ਸੁਣਦੇ ਆ, ਕੁੱਕਰ ਪੱਗ ਵੱਟ ਭਰਾ ਬਣਿਆ ਹੋਇਆ ਸੀ, ਅਤੇ ਔਰ ਉਹ ਦੋਨੇ ਜਿਹੜੇ ਭਾਵੇਂ ਉਹਨਾਂ ਦਾ ਜਿਹੜਾ ਹੈਗਾ ਆਪਸੀ ਸੰਬੰਧ ਬਣ ਗਈ ਉਹਦੀ ਭਾਬੀ ਦੇ ਨਾਲ। ਉਸ ਨੂੰ ਬੜੀ ਚਾਲ ਦੇ ਨਾਲ ਫੌਜ ਦੇ ਵਿੱਚ ਭਰਤੀ ਹੋਣ ਦੇ ਲਈ ਲੈ ਗਿਆ, ਪਰ ਜਦੋਂ ਫੌਜ ਦੇ ਭਰ ਪਹਿਲਾਂ ਤਾਂ ਸੁੱਚਾ ਕਹਿੰਦੇ ਮੰਨਦਾ ਨਹੀਂ ਸੀ, ਪਰ ਜਦੋਂ ਮੰਨ ਗਿਆ ਤਾਂ ਸੁੱਚਾ ਜਿਹੜਾ ਹੈਗਾ ਅੱਗੇ ਲਾਈਨ 'ਤੇ ਖੜ੍ਹ ਗਿਆ, ਅਤੇ ਕੁੱਕਰ ਪਿੱਛੇ ਚਲਾ ਗਿਆ ਨਿਕਲ ਕੇ ਲਾਈਨ ਦੇ ਵਿੱਚੋਂ। ਅਤੇ ਜਦੋਂ ਸੁੱਚਾ ਭਰਤੀ ਹੋ ਗਿਆ ਅਤੇ ਕੁੱਕਰ ਲਾਈਨ ਦੇ ਵਿੱਚੋਂ ਪਿੱਛੇ ਸੀ ਬਾਹਰ ਆ ਗਿਆ, ਅਤੇ ਸੁੱਚੇ ਨੂੰ ਜਿਹੜਾ ਭਰਤੀ ਹੋਏ ਨੂੰ ਫਿਰੋਜ਼ਪੁਰ ਸੋਹਣੀ ਭੇਜ ਦਿੱਤਾ, ਪਰ ਸੁੱਚਾ ਜਿਹੜਾ ਹੈਗਾ ਫੌਜ ਦੀਆਂ ਉਹਦੀ ਸੇਵਾ ਅੰਗਰੇਜ਼ ਰਾਜ ਸੀ ਉਸ ਸਮੇਂ, ਅਤੇ ਔਰ ਜਦੋਂ ਕੁੱਕਰ ਦੀ ਕਹਾਣੀ ਜਿਹੜੀ ਉਹਦੇ ਭਰਾ ਨੇ ਇੱਕ ਦੁਕਾਨਦਾਰ ਤੋਂ ਲਿਖਾ ਕੇ ਚਿੱਠੀ ਭੇਜੀ ਤਾਂ ਸੁੱਚੇ ਨੂੰ ਅੱਗ ਲੱਗ ਗਈ, ਜਿਸ ਕਾਰਨ ਜਿਵੇਂ ਆਪਾਂ ਗੀਤ ਵੀ ਸੁਣਦੇ ਹਾਂ ਉਹ ਫੌਜ ਦੇ ਵਿੱਚੋਂ ਅੰਗਰੇਜ਼ ਅਫਸਰ ਦੀ ਤਰਲਾ ਕਰਕੇ ਉੱਥੋਂ ਆਇਆ, ਆ ਕੇ ਉਹਨੇ ਕਿਵੇਂ ਕਤਲ ਕੀਤੇ, ਜਿੱਥੇ ਕੁੱਕਰ ਦਾ ਕਤਲ ਕੀਤਾ ਅਤੇ ਨਾਲ ਬਲਬੀਰੋ ਭਾਬੀ ਦਾ ਵੀ ਕਤਲ ਕਰ ਦਿੱਤਾ, ਅਤੇ ਭਾਗਾ ਜਿਹੜਾ ਵਿਚੋਲਾ ਸੀ ਉਹਦੇ ਵੀ ਗੋਲੀਆਂ ਮਾਰੀਆਂ। ਦੱਸਿਆ ਜਾਂਦਾ ਕਿ ਸੁੱਚਾ ਸੂਰਮਾ ਉਦੋਂ ਫਰਾਰ ਹੋ ਗਿਆ ਸੀ, ਸਾਂਝਾ ਪੰਜਾਬ ਸੀ ਉਸ ਸਮੇਂ, ਅਤੇ ਫਿਰ ਉਹ ਸਾਧ ਬਣ ਗਿਆ, ਅਤੇ ਫਿਰ ਬਾਅਦ ਦੇ ਵਿੱਚ ਉਹਨੇ ਇੱਕ ਔਰਤ ਦੀ ਬੀਬੀ ਦੀ ਜਿਹੜੀ ਬੇਨਤੀ ਲੈ ਕੇ ਆਈ ਸੀ ਵੀ ਜਿਹੜੇ ਬੁੱਚੜ ਆ ਉਹ ਗਊਆਂ ਨੂੰ ਜਿਹੜੇ ਹੈਗੇ ਆ ਵੱਢਣ ਲੈ ਕੇ ਜਾ ਰਹੇ ਨੇ, ਤਾਂ ਉਹਨੇ ਉਹਨਾਂ ਨਾਲ ਵੀ ਲੜਾਈ ਕੀਤੀ ਅਤੇ ਉਹਨਾਂ ਨੂੰ ਵੀ ਮਾਰ ਮੁਕਾਇਆ। ਅਤੇ ਪਰ ਜਿਹੜਾ ਕੇਸ ਚੱਲਿਆ ਸੀ ਦੱਸਦੇ ਆ ਵੀ ਪਟਿਆਲਾ ਰਿਆਸਤ ਵਿੱਚ ਕੇਸ ਚੱਲਿਆ ਸੀ, ਜਿਹੜੇ ਪਟਿਆਲਾ ਰਿਆਸਤ ਦੇ ਮਹਾਰਾਜਾ ਸੀਗੇ ਉਹਨਾਂ ਨੇ ਜਿਹੜਾ ਸਾਰਾ ਕੇਸ ਦੇਖ ਕੇ, ਬਹਾਦਰੀ ਵਾਲਾ ਕੇਸ ਦੇਖ ਕੇ ਉਹਨੂੰ ਬਾਜਤ ਬਰੀ ਕਰ ਦਿੱਤਾ, ਅਤੇ ਫਿਰ ਬਾਅਦ ਦੇ ਵਿੱਚ ਉਸ ਤੋਂ ਬਾਅਦ ਵਿੱਚ ਫਿਰ
ਇੱਕ ਰਿਸ਼ਤੇਦਾਰ ਦਾ ਉਸਦੇ ਦਾ ਅਜਿਹਾ ਹੀ ਕੇਸ ਸਾਹਮਣੇ ਆਇਆ ਤਾਂ ਉਸਨੇ ਫਿਰ ਉਹੀ ਜਿਹੜਾ ਪਹਿਲਾ ਕਾਂਡ ਦੁਹਰਾਇਆ ਅਤੇ ਉਹ ਭਾਵੇਂ ਦੇਖਦੇ ਹਾਂ ਵੀ ਫਿਲਮ ਦੇ ਵਿੱਚ ਕਿੰਨਾ ਕੁਝ ਦਿਖਾਇਆ ਜਾਂਦਾ, ਪਰ ਇੱਕ ਜ਼ਰੂਰ ਹੈ ਸੁੱਚਾ ਸੂਰਮਾ ਦੀ ਕਹਾਣੀ ਜਿਹੜੀ ਹੈਗੀ ਆ ਉਹ ਪਹਿਲੀ ਵਾਰ ਜਿਹੜਾ ਹੈਗਾ ਪਰਦੇ 'ਤੇ ਆ ਰਹੀ ਆ। ਗੀਤ ਤਰ੍ਹਾਂ ਤਰ੍ਹਾਂ ਲੋਕਾਂ ਨੇ ਲੋਕ ਗਾਥਾਵਾਂ ਵੀ ਬਣੀਆਂ, ਲੋਕ ਗਾਏ ਨੇ, ਆਓ ਆਪਾਂ ਦੇਖਦੇ ਹਾਂ, ਟ੍ਰੇਲਰ ਵੀ ਦੇਖੀ ਚੱਲਦੇ ਹਾਂ।